ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਕੋਲਕਾਤਾ ਵਿਖੇ ਹੋਏ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਦੇ ਵਿਰੁੱਧ ਅੱਜ ਭਾਜਪਾ ਆਗੂਆਂ ਵੱਲੋਂ ਜਲੰਧਰ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਖਿਲਾਫ਼ ਭਾਰਤੀ ਚੋਣ ਕਮਿਸ਼ਨ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਅਤੇ ਕੇਡੀ ਭੰਡਾਰੀ ਨੇ ਕਿਹਾ, ਅੱਜ ਦਾ ਜਿਹੜਾ ਰੋਸ ਧਰਨਾ ਵਾ, ਜਿਹੜਾ ਕੱਲ੍ਹ ਵੈਸਟ ਬੰਗਾਲ ਦੇ ਵਿੱਚ ਸਾਡੇ ਰਾਸ਼ਟਰੀ ਅਧਿਆਕਸ਼ ਅਮਿਤ ਸ਼ਾਹ ਜੀ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ, TMC ਦੇ ਕਾਰਜਕਰਤਾਵਾਂ ਨੇ, ਅਸੀਂ ਉਹਦੇ ਵਿਰੋਧ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਸਾਡੀ ਪਾਰਟੀ ਬਹੁਤ ਅੱਗੇ ਹੈ, ਅਸੀਂ ਸੀਟਾਂ ਜਿੱਤ ਰਹੇ ਹਾਂ ਔਰ ਮਮਤਾ ਬੈਨਰਜੀ ਆਪਣੀ ਹਾਰ ਨੂੰ ਦੇਖਦੇ ਹੋਏ ਇੱਦਾਂ ਦੀ ਕਾਲੀ ਕਰਤੂਤਾਂ ਕਰ ਰਹੀ ਆ ਔਰ ਆਪਣੇ ਗੁੰਡਿਆਂ ਨੂੰ ਜਿਹੜੇ ਉਹਦੇ ਕਾਰਜਕਰਤਾ ਹੈਗੇ ਆ ਸਾਡੇ ਰਾਸ਼ਟਰੀ ਅਧਿਆਕਸ਼ ਜਿਹੜਾ ਉਹਨਾਂ ਅਟੈਕ ਕੀਤਾ ਵਾ, ਅਸੀਂ ਉਹਦੀ ਪੁਰਜੋ ਨਿਖੇਧੀ ਕਰਦੇ ਹਾਂ ਔਰ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਕੰਮ ਕੀਤਾ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਪੂਰੇ ਜ਼ਿਲ੍ਹਾ ਸਤਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਔਰ ਉਹਨਾਂ ਦੀ ਸਹਿਯੋਗੀ ਪਾਰਟੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਲੋਕਤੰਤਰ ਦੀ ਰੱਖਿਆ ਹੇਤੂ, ਕਿਉਂਕਿ ਕੱਲ੍ਹ ਜੋ ਘਿਨੌਣੀ ਘਟਨਾ ਬੰਗਾਲ ਦੇ ਵਿੱਚ ਹੋਈ ਹੈ ਕਿ ਲੋਕਤੰਤਰ ਦਾ ਪਰਵ ਹੈ ਜਦੋਂ ਚੁਣਾਵ ਹੁੰਦੇ ਹੈ ਔਰ ਇਸ ਪਰਵ ਨੂੰ ਖਲਲ ਪਾਉਣ ਦੇ ਲਈ ਔਰ ਲੋਕਤੰਤਰ ਦੀ ਹੱਤਿਆ ਕਰਨ ਦਾ ਪ੍ਰਯਾਸ ਕੀਤਾ ਗਿਆ ਕੱਲ੍ਹ ਕਿ ਜਦੋਂ ਅਮਿਤ ਸ਼ਾਹ ਜੀ ਰੋਡ ਸ਼ੋਅ ਕੱਢ ਰਹੇ ਸੀਗੇ ਤਾਂ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਔਰ ਜਿਹਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੂਰੀ ਸ਼ਹਿ ਸੀਗੀ ਉਹਨਾਂ ਵੱਲੋਂ ਔਰ ਉਹਨਾਂ ਨੇ ਉੱਥੇ ਆਗਜਨੀ ਕੀਤੀ, ਉੱਥੇ ਜਿਹੜਾ ਹੈ ਉਹਨਾਂ ਨੇ ਆਪਣਾ ਪੱਥਰ ਬਰਸਾਏ, ਲਾਠੀਆਂ ਬਰਸਾਈਆਂ ਔਰ ਇਹ ਸਾਰੀ ਗੱਲ ਜਿਹੜੀ ਹੈਗੀ ਹੈ ਕਿਉਂਕਿ ਜਦੋਂ ਚੁਣਾਵ ਹੁੰਦਾ ਉਦੋਂ ਇਹ ਹੁੰਦਾ ਕਿ ਹਰ ਇੱਕ ਪਾਰਟੀ ਨੂੰ ਅਧਿਕਾਰ ਹੈ ਕਿ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ, ਉਹਨੂੰ ਅਧਿਕਾਰ ਹੈ ਰੈਲੀਆਂ ਕਰਨ ਦੇ ਲਈ, ਉਹਨੂੰ ਅਧਿਕਾਰ ਹੈ ਕਿ ਆਪਣਾ ਮਤ ਵਿਅਕਤ ਕਰਨ ਦੇ ਲਈ ਕਿ ਲੋਕਾਂ ਨੂੰ ਦੱਸਿਆ ਜਾਵੇ ਸਾਡੀਆਂ ਕੀ ਨੀਤੀਆਂ। ਸੋ ਉਸ ਨਾਤੇ ਜਿਹੜਾ ਹੈਗਾ ਇੱਕ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀਆਂ ਹਿਦਾਇਤਾਂ ਹੈਗੀਆਂ ਉਸ ਦੀ ਵੀ ਉਹਨਾਂ ਨੇ ਉਲੰਘਣਾ ਕੀਤੀ ਔਰ ਉਸਨੂੰ ਤਾਰ ਤਾਰ ਕੀਤਾ ਹੈ, ਤਾਂ ਉਹਦੇ ਲਈ ਮੈਂ ਮੰਗ ਕਰਾਂਗਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਦੇ ਖਿਲਾਫ਼ ਕਾਰਵਾਈ ਕਰੇ ਔਰ ਜਿਹੜਾ ਕਿਉਂਕਿ ਇਹ ਸਿੱਧਾ ਹੱਥ ਹੈ ਕਿ ਵੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਉੱਥੇ ਤ੍ਰਿਣਮੂਲ ਕਾਂਗਰਸ ਉਹਦੇ ਜਿਹੜੇ ਕਾਰਜਕਰਤਾ ਉਹਦੇ ਅਤੇ ਉੱਥੇ ਦਾ ਜਿਹੜਾ ਕੈਂਡੀਡੇਚਰ ਹੈ ਉਹਨਾਂ ਦਾ ਉਹ ਰੱਦ ਕੀਤਾ ਜਾਣਾ ਚਾਹੀਦਾ, ਤਾਂਹੀਓ ਕਿ ਵੀ ਡੈਟਰੈਂਟ ਇਫੈਕਟ ਹੋਵੇ ਕਿ ਬਾਕੀ ਪੋਲੀਟੀਕਲ ਪਾਰਟੀਆਂ ਦੀ ਵੀ ਕੋਈ ਦੁਬਾਰਾ ਜ਼ੁਰਤ ਨਾ ਕਰ ਸਕੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਪ੍ਰੋਗਰਾਮ 'ਚ ਖਲਲ ਪਾਉਣ ਦੇ ਲਈ। ਹਾਂਜੀ, ਦੇਖੋ ਇਹ ਮੰਗ ਹੈਗੀ ਹੈ ਕਿਉਂਕਿ ਲਾਸਟ ਫੇਜ਼ ਹੈ, ਬੜਾ ਪੀਸਫੁਲ ਇਲੈਕਸ਼ਨ ਹੋਇਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੀਤਾ ਹੈਗਾ, ਸੋ ਬਾਕੀ ਜਿਹੜਾ ਕੋਰਸ ਆਫ ਐਕਸ਼ਨ ਹੈਗਾ ਕਿ ਵੀ ਪਾਰਟੀ ਕੀ ਡਿਸਾਈਡ ਕਰਦੀ ਹੈ ਉਸ ਤੋਂ ਬਾਅਦ ਉਹ ਅੱਗੇ ਆਪਾਂ ਕਰਾਂਗੇ।